ਸਤਿ ਸ਼੍ਰੀ ਅਕਾਲ ਜੀ। ਕੈਨੇਡਾ ਸਟੂਡੈਂਟ ਵੀਜ਼ਾ, ਜਦੋਂ ਵੀ ਉਹਦੇ ਬਾਰੇ ਗੱਲ ਕਰ ਲਓ, ਹਮੇਸ਼ਾ ਇੱਕ ਸਵਾਲ ਜੋ ਕਿ ਅੱਜ ਵੀ ਮੈਂ ਹਰ ਰੋਜ਼ ਜਿਸ ਸਵਾਲ ਦਾ ਜਵਾਬ ਦੇ ਰਿਹਾ ਕਿ ਭਾਜੀ PTE 'ਤੇ ਵੀਜ਼ਾ ਲੱਗ ਜਾਂਦਾ, ਕੀ ਕੈਨੇਡਾ 'ਚ PTE ਐਕਸੈਪਟ ਹੁੰਦਾ, ਕੀ ਅੰਬੈਸੀ PTE ਐਕਸੈਪਟ ਕਰਦੀ ਹੈ, ਕਿ ਮੈਨੂੰ ਐਡਮਿਸ਼ਨ ਮਿਲ ਜੂਗੀ, ਮੈਂ PTE ਕੀਤੀ ਹੋਈ ਆ। ਸੋ ਇਹ ਸਵਾਲ ਇੱਦਾਂ ਦਾ ਕੁਸ਼ਚਨ ਹੈ ਜਿਹੜਾ ਕਿ ਹਰ ਰੋਜ਼ ਜਿਹਦਾ ਜਵਾਬ ਦੇਣਾ ਪੈਂਦਾ। ਹਰ ਰੋਜ਼ ਲੋਕਾਂ ਨੂੰ ਵੀਜ਼ੇ ਦਿਖਾਉਣਾ, ਹਰ ਰੋਜ਼ ਆਫਿਸ ਆਏ ਲੋਕਾਂ ਨੂੰ ਪ੍ਰੋਫਾਈਲ ਦਿਖਾਉਣਾ। ਸੋ ਅੱਜ ਇੱਕ ਪ੍ਰੋਫਾਈਲ ਤੁਹਾਡੇ ਰੂਬਰੂ ਕਰਨ ਜਾ ਰਿਹਾ। ਸੋ ਸਟੂਡੈਂਟ ਗੁਰਵਿੰਦਰ ਸਿੰਘ, +2 2019 ਪਾਸ ਆਊਟ, +2 ਦੇ ਵਿੱਚ ਵਧੀਆ ਨੰਬਰ, 60-70% ਮਾਰਕਸ ਨੇ। ਅਲਟੀਮੇਟਲੀ ਕੈਨੇਡਾ ਜਾਣ ਲਈ IELTS ਦੀ ਜਗ੍ਹਾ PTE ਕਰ ਲਈ। PTE ਸਕੋਰ ਤੁਹਾਡੇ ਸਾਹਮਣੇ ਆ, 52, 53, 58, 64। ਸੋ ਇੱਕ ਚੰਗਾ ਸਕੋਰ PTE ਦਾ, ਜੇ ਕਹਿ ਲਈਏ 6 ਈਚ ਦੇ ਇਕੁਇਵਲੈਂਟ। ਬਟ ਉਹ ਕੁਸ਼ਚਨ ਕਿ ਕੀ PTE 'ਤੇ ਐਡਮਿਸ਼ਨ ਮਿਲਦੀ ਹੈ, ਕੀ PTE 'ਤੇ ਵੀਜ਼ਾ ਲੱਗਦਾ, ਕੀ PTE ਦੇ ਵਿੱਚ ਅੰਬੈਸੀ ਵੀਜ਼ਾ ਦਿੰਦੀ ਹੈ ਕੈਨੇਡਾ ਦੇ ਵਿੱਚ, ਤਾਂ ਮੈਂ ਸੁਣਿਆ PTE ਚੱਲਦੀ ਨਹੀਂ, PTE ਦੇ ਉੱਤੇ ਵੀਜ਼ਾ ਮਿਲਦਾ, ਇੱਕ ਨਹੀਂ ਕਈ ਵੀਜ਼ੇ ਮਿਲ ਚੁੱਕੇ ਨੇ। ਔਰ ਅੱਗੋਂ ਦੀ ਵੀ ਤੁਸੀਂ ਸਾਰੇ ਲੋਕ, ਜੇ ਤੁਸੀਂ PTE ਕੀਤੀ, ਕੈਨੇਡਾ ਵੀਜ਼ਾ ਅਪਲਾਈ ਕਰ ਸਕਦੇ ਹੋ। ਵੀਜ਼ਾ ਤੁਹਾਡੀ ਸਕਰੀਨ 'ਤੇ ਸਾਹਮਣੇ ਹੈਗਾ। ਸੋ ਇਹ ਭਰਮ, ਇਹ ਮਿੱਥ, ਇਹ ਫਾਲਸ ਰਿਊਮਰਸ ਕਿ PTE ਦੇ ਵਿੱਚ ਕੈਨੇਡਾ ਦਾ ਵੀਜ਼ਾ ਨਹੀਂ ਅਪਲਾਈ ਹੁੰਦਾ, PTE ਦੇ ਵਿੱਚ ਕੈਨੇਡਾ ਦਾ ਵੀਜ਼ਾ ਨਹੀਂ ਲੱਗਦਾ, ਇਹਦੇ ਤੋਂ ਬਚ ਕੇ ਰਹੋ, ਦੂਰ ਰਹੋ। PTE ਕੀਤੀ ਹੈ, ਡਾਕੂਮੈਂਟ ਚੁੱਕੋ, PTE ਦਾ ਲੌਗਇਨ ID ਪਾਸਵਰਡ ਚੁੱਕੋ, ਮੇਰੇ ਕੋਲ ਆਫਿਸ ਆ ਜਾਓ, ਕੈਨੇਡਾ ਦਾ ਸਟੂਡੈਂਟ ਵੀਜ਼ਾ PTE 'ਤੇ ਅਪਲਾਈ ਕਰਾਂਗੇ, ਔਰ ਉਸੇ PTE ਸਕੋਰ 'ਤੇ ਕੈਨੇਡਾ ਪੜ੍ਹਾਈ ਕਰਨ ਜਾਓਗੇ। ਸਤਿ ਸ਼੍ਰੀ ਅਕਾਲ ਜੀ।